ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਅਨਸੈਂਸਰਡ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ। ਇਸ ਵਿੱਚ ਅਸੀਂ ਭਖਦੇ ਹੋਏ ਮੁੱਦਿਆਂ ਦੇ ਉੱਤੇ ਗੱਲ ਕਰਦੇ ਹਾਂ। ਕੋਈ ਐਸੇ ਮਸਲੇ ਜਿਹੜੇ ਦਰਪੇਸ਼ ਆਉਂਦੇ ਹੋਣ, ਕੌਮੀ ਮਸਲੇ ਹੋਣ ਜਾਂ ਫਿਰ ਸਮਾਜਿਕ ਮਸਲੇ, ਉਹਦੇ ਉੱਤੇ ਗੱਲ ਕਰਦੇ ਹਾਂ। ਕਕਾਰਾਂ ਦੀ ਬੇਅਦਬੀ ਦੀ ਜਦੋਂ ਗੱਲ ਆਉਂਦੀ ਹੈ ਤਾਂ ਭਾਰਤ ਦੇ ਵਿੱਚ ਆਮ ਇਹ ਗੱਲ ਹੋ ਜਾਂਦੀ ਹੈ, ਜਦੋਂ ਦਸਤਾਰਾਂ ਲਾ ਦਿੱਤੀਆਂ ਜਾਂਦੀਆਂ, ਸ਼੍ਰੀ ਸਾਹਿਬ ਪੇਪਰਾਂ ਦੇ ਵਿੱਚ ਪਾਉਣ ਕੇ ਜਾਣ ਦੀ ਜਿਹੜੀ ਮਨਾਹੀ ਹੁੰਦੀ ਹੈ, ਬੜੀਆਂ ਥਾਵਾਂ ਦੇ ਉੱਤੇ ਮਨਾਹੀ ਕਰ ਦਿੱਤੀ ਜਾਂਦੀ ਹੈ, ਕਕਾਰ ਕੜੇ ਤੱਕ ਲਵਾ ਲਏ ਜਾਂਦੇ ਨੇ ਆਮ ਸਿੱਖਾਂ ਦੇ। ਅਤੇ ਇਹ ਘਟਨਾਵਾਂ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਇਸੇ ਤਰ੍ਹਾਂ ਹੀ ਆਮ ਹੁੰਦੀਆਂ ਨੇ। ਵੱਡੇ ਮੁਲਕ ਜਿੱਥੇ ਸਿੱਖਾਂ ਦੀ ਤਾਦਾਦ ਜ਼ਿਆਦਾ, ਉੱਥੇ ਅਵੇਅਰਨੈਸ ਆ ਚੁੱਕੀ ਹੈ। ਪੁਲਿਸ, ਇਮੀਗ੍ਰੇਸ਼ਨ ਵਿਭਾਗ ਜਾਂ ਉੱਥੋਂ ਦੀਆਂ ਸਰਕਾਰਾਂ ਅੱਜ ਜਾਣਨ ਲੱਗ ਪਈਆਂ ਨੇ ਕਿ ਸਿੱਖ ਕੌਣ ਨੇ, ਪਰ ਕੁਛ ਦੇਸ਼ ਅੱਜ ਵੀ ਐਸੇ ਹੈਗੇ ਨੇ ਜਿੱਥੇ ਸਿੱਖਾਂ ਦੀ ਪਹਿਚਾਣ ਹਜੇ ਪੂਰੀ ਤਰ੍ਹਾਂ ਉਹਨਾਂ ਲੋਕਾਂ ਨੂੰ ਹੈ ਨਹੀਂ, ਅਤੇ ਉਹਨਾਂ ਦੇ ਨਾਲ ਹੇਟ ਕੀਤੀ ਜਾਂਦੀ ਹੈ, ਸਿੱਖ ਹੀ ਸਰੂਪ ਦੇ ਵਿੱਚ ਵੇਖ ਕੇ ਉਹਨਾਂ ਦੇ ਨਾਲ ਨਫ਼ਰਤ ਕੀਤੀ ਜਾਂਦੀ ਹੈ। ਜਿੱਥੇ ਆਪਾਂ ਬਾਹਰਲੀਆਂ ਪੁਲਿਸਾਂ ਦੀ ਗੱਲ ਕਰਦੇ ਹਾਂ, ਪੁਲਿਸ ਡਿਪਾਰਟਮੈਂਟ ਦੀ ਗੱਲ ਕਰਦੇ ਹਾਂ, ਤਾਂ ਬਹੁਤ ਸਲੀਕੇ ਦੇ ਨਾਲ ਪੇਸ਼ ਆਉਂਦੇ ਨੇ, ਪਰ ਜਿਹੜੀ ਘਟਨਾ ਤੁਹਾਨੂੰ ਮੈਂ ਦੱਸਣ ਲੱਗਾ ਬਹੁਤ ਹੀ ਇੱਕ ਨਿਰਾਸ਼ ਕਰ ਦੇਣ ਵਾਲੀ ਹੈ। ਸਾਈ ਪ੍ਰੈਸ ਦੀ ਘਟਨਾ ਜਿੱਥੇ ਇੱਕ ਸਿੱਖ ਨੂੰ ਪੁਲਿਸ ਵਾਲਿਆਂ ਨੇ ਜਿਹੜਾ ਉਹਦੇ ਉੱਤੇ ਟੌਰਚਰ ਕੀਤਾ, ਉਹਨੂੰ ਬਦਸਲੂਕੀ ਕੀਤੀ, ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਸਿੱਖੀ ਸਰੂਪ ਕਰਕੇ। ਇਹ ਘਟਨਾ ਅੱਜ ਦੀ ਨਹੀਂ, ਪਿਛਲੇ ਜੇ ਕਹੀਏ 18 ਦੇ ਵਿੱਚ, 2018 ਦੀ ਸਪਤੰਬਰ ਦੇ ਵਿੱਚ ਇਹ ਘਟਨਾ ਵਾਪਰੀ ਸੀ ਜਗਤਾਰ ਸਿੰਘ ਦੇ ਨਾਲ, ਜੋ ਪਾਕਿਸਤਾਨ ਦਾ ਵਾਸੀ ਹੈ, ਨਨਕਾਣਾ ਸਾਹਿਬ ਦਾ ਰਹਿਣ ਵਾਲਾ, ਜੋ ਸਾਈਪ੍ਰੈਸ ਸਟੱਡੀ ਬੇਸ 'ਤੇ ਆਇਆ ਹੋਇਆ ਨੌਜਵਾਨ ਹੈ। ਰਸਤੇ ਦੇ ਵਿੱਚ ਜਾਂਦਿਆਂ ਦੀ ਪੁਲਿਸ ਵਾਲਿਆਂ ਨੇ ਰੋਕ ਕੇ ਜਦੋਂ ਉਹਦਾ ਸਰੂਪ ਦੇਖਿਆ ਤਾਂ ਉਹਦੇ ਨਾਲ ਜਿਹੜੀ ਬਦਸਲੂਕੀ ਸ਼ੁਰੂ ਕਰ ਦਿੱਤੀ। ਉਹਨੂੰ ਕਿਹਾ ਗਿਆ ਕਿ ਤੂੰ ਆਪਣੇ ਵਾਪਸ ਜਿਹੜਾ ਆਪਣੇ ਦੇਸ਼ ਚਲਾ ਜਾ, ਇੱਥੇ ਕੀ ਕਰਦਾ, ਅਤੇ ਤੁਸੀਂ ਇਹ ਦਸਤਾਰ ਜਿਹੜੀ ਆ ਬੰਨਣੀ ਬੰਦ ਕਰ ਦਿਓ, ਇੱਥੇ ਤੱਕ ਕਿਹਾ ਗਿਆ। ਫਿਰ ਉਹਦੀ ਤਲਾਸ਼ੀ ਲਈ ਗਈ, ਸ਼੍ਰੀ ਸਾਹਿਬ ਜਦੋਂ ਉਹਦੇ ਕੋਲੋਂ ਸ਼੍ਰੀ ਸਾਹਿਬ ਦਿਖਦੀ ਹੈ ਤਾਂ ਫਿਰ ਉਹਦੇ ਉੱਤੇ ਗਨ ਰੱਖ ਲਈ ਜਾਂਦੀ ਹੈ, ਗ੍ਰਿਫਤਾਰ ਕਰਕੇ ਥਾਣੇ ਲੈ ਜਾਂਦੇ ਆ, ਫਿਰ ਛੱਡ ਵੀ ਦਿੰਦੇ ਆ। ਉਸ ਤੋਂ ਬਾਅਦ ਇਹ ਘਟਨਾ ਇੱਥੇ ਨਹੀਂ ਰੁਕਦੀ, ਕੇਸ ਰਜਿਸਟਰਡ ਹੋ ਜਾਂਦਾ ਜੋ ਹਜੇ ਵੀ ਚੱਲ ਰਿਹਾ। ਇਸ ਮਹੀਨੇ ਦੀ 2 ਜੁਲਾਈ ਨੂੰ ਫਿਰ ਇਹ ਘਟਨਾ ਵਾਪਰਦੀ ਹੈ ਉਸੇ ਹੀ ਜਗਤਾਰ ਸਿੰਘ ਦੇ ਨਾਲ, ਜਦੋਂ ਇਮੀਗ੍ਰੇਸ਼ਨ ਵਿਭਾਗ ਜਾਂਦਾ ਤਾਂ ਇਮੀਗ੍ਰੇਸ਼ਨ ਦੇ ਜਿਹੜੇ ਉੱਥੇ ਅਧਿਕਾਰੀ ਨੇ ਉਹਨਾਂ ਨੇ ਉਸਨੂੰ ਅੰਦਰ ਕਮਰੇ ਦੇ ਵਿੱਚ ਬੁਲਾ ਕੇ ਉਹਦੇ ਨਾਲ ਉੱਥੇ ਟੌਰਚਰ ਕੀਤਾ, ਉਹਦੀ ਦਸਤਾਰ ਉਤਾਰ ਦਿੱਤੀ, ਉਹਨੂੰ ਜਿਹੜਾ ਬਹੁਤ ਬੁਰੀ ਤਰ੍ਹਾਂ ਟੌਰਚਰ ਕਰਕੇ ਅਤੇ ਇੱਕ ਤਰ੍ਹਾਂ ਦਾ ਆਪਾਂ ਇਹ ਕਹਿ ਲਈਏ ਕਿ ਬਹੁਤ ਹੀ ਬੇਇੱਜ਼ਤ ਕਰਕੇ ਉਹਨੂੰ ਉੱਥੋਂ ਕੱਢਿਆ, ਅਤੇ ਇਹ ਵੀ ਕਿਹਾ ਗਿਆ ਕਿ ਤੁਸੀਂ ਆਪਣੇ ਕੰਟਰੀ ਵਾਪਸ ਚਲੇ ਜਾਓ, ਤੁਹਾਨੂੰ ਕੰਮ ਦੀ ਅਸੀਂ ਪਰਮਿਸ਼ਨ ਨਹੀਂ ਦੇਣੀ। ਇਹ ਸਾਰੀਆਂ ਘਟਨਾਵਾਂ ਜਿਹੜੀਆਂ ਇਹ ਉਹ ਮੁਲਕਾਂ ਦੇ ਵਿੱਚ ਹੋ ਰਹੀਆਂ ਜਿੱਥੇ ਜਿਹੜੇ ਸਾਡੇ ਸਿੱਖ ਘੱਟ ਨੇ ਜਾਂ ਫਿਰ ਅਵੇਅਰਨੈਸ ਨਹੀਂ ਦਿੱਤੀ ਗਈ। ਸੋ ਸਾਡੇ ਨਾਲ ਖੁਦ ਜਗਤਾਰ ਸਿੰਘ ਜੀ ਜੁੜ ਚੁੱਕੇ ਆ ਜੀ, ਅਤੇ ਆਓ ਉਹਨਾਂ ਦੇ ਕੋਲੋਂ ਜਾਣਦੇ ਹਾਂ ਘਟਨਾਵਾਂ ਜਿਹੜੀਆਂ ਉਹਨਾਂ ਦੇ ਨਾਲ ਵਾਪਰੀਆਂ ਨੇ। ਜਗਤਾਰ ਸਿੰਘ ਜੀ, ਕੀ ਘਟਨਾਵਾਂ ਨੇ ਇਹ ਜੋ ਤੁਹਾਡੇ ਨਾਲ ਵਾਪਰੀਆਂ ਨੇ? ਜੀ ਬਾਬਾ ਜੀ, ਇਸ ਤਰ੍ਹਾਂ ਗੱਲ ਹੈਗੀ ਕਿ ਮੈਂ ਰਸਤੇ ਜਾ ਰਿਹਾ ਗਿਆ ਸੀ ਤੇ ਅਚਾਨਕ ਪੁਲਿਸ ਵਾਲਾ ਆਇਆ ਤੇ ਉਸਨੇ ਰਸਤੇ 'ਚ ਰੋਕ ਲਿਆ ਕਿ ਤੁਸੀਂ ਕਿੱਥੇ ਜਾ ਰਹੇ ਹੈਗੇ ਹੋ ਤੇ ਤੁਸੀਂ ਸਿਰ 'ਤੇ ਟਰਬਨ ਬੰਨੀ ਹੈਗੀ ਆ। ਜਦੋਂ ਉਹਨਾਂ ਨੇ ਗੱਲ ਕੀਤੀ ਤੇ ਨਾਲੇ ਉਹਨਾਂ ਨੇ ਹੱਥ ਮੇਰੀ ਜਿਹੜੀ ਟਰਬਨ ਸੀ ਉਹ ਪਰੀ ਕੀਤੀ। ਉਹਨੇ ਕਿਹਾ ਯੂ ਆਰ ਕ੍ਰੇਜ਼ੀ, ਦਿਸ ਵਨ ਇਜ਼ ਦਾ ਸਾਈਪ੍ਰਸ। ਮੈਂ ਕਿਹਾ ਸਰ ਡੋਨਟ ਟੱਚ ਲਾਈਕ ਦਿਸ ਇਜ਼ ਮਾਈ ਟਰਬਨ ਇਜ਼ ਅਵਰ ਰਿਲੀਜੀਅਸ ਰਿਸਪੈਕਟਿਡ ਥਿੰਗ। ਐਂਡ ਫਿਰ ਉਸ ਤੋਂ ਬਾਅਦ ਉਹਨਾਂ ਨੇ ਮੇਰੀ ਚੈਕਿੰਗ ਸ਼ੁਰੂ ਕੀਤੀ। ਚੈਕਿੰਗ ਦੇ ਦੌਰਾਨ ਹੀ ਉਹਨਾਂ ਨੇ ਮੇਰੇ ਕੋਲ ਕਿਰਪਾਨ ਵੇਖ ਲਈ। ਕਿਰਪਾਨ ਵੇਖਣ ਦੇ ਨਾਲ ਮੇਰੇ ਉੱਤੇ ਉਹਨਾਂ ਨੇ ਗਨ ਉਹਨਾਂ ਨੇ ਕੱਢੀ ਤੇ ਕਹਿ ਰਹੇ ਆਈ ਵਿਲ ਸ਼ੂਟ ਯੂ। ਉਸ ਤੋਂ ਬਾਅਦ ਮੈਂ ਥੋੜਾ ਘਬਰਾ ਵੀ ਗਿਆ, ਪਰ ਅਸੀਂ ਕਿਹਾ ਕੋਈ ਗੱਲ ਨੀ ਹੈਗੀ, ਡੋਨਟ ਟੱਚ ਦਿਸ ਵਨ ਇਜ਼ ਆਵਰ ਆਲਸੋ ਰਿਲੀਜੀਅਸ ਥਿੰਗ। ਉਹਨਾਂ ਨੇ ਫਿਰ ਨਾਲ ਹੀ ਕਹਿਤਾ ਕਿ ਯੂ ਆਰ ਯੂਰ ਰਿਲੀਜੀਅਸ ਗਿਵ ਯੂ ਪਰਮਿਸ਼ਨ ਆਫ ਨਾਈਫ। ਓਕੇ, ਠੀਕ ਹੈ। ਜਦੋਂ ਇਹ ਗੱਲ ਉਹਨਾਂ ਨੇ ਕੀਤੀ ਫਿਰ ਉਹਨਾਂ ਨੇ ਮੇਰੇ ਹੱਥ ਕੜੀ ਬੰਨੀ ਤੇ ਉਹ ਮੈਨੂੰ ਪੁਲਿਸ ਸਟੇਸ਼ਨ ਲੈ ਕੇ ਨੰਗੇ ਸਿਰੀ। ਹਰ ਇੱਕ ਬੰਦੇ ਨੂੰ ਕਹੀ ਜਾਂਦੇ ਹੈਗੇ ਸਨ ਤੇ ਮੈਂ ਇਹਨਾਂ ਦੇ ਨਾਲ ਜਿਹੜੀ ਹੈ ਨਾ ਉਹ ਨਾਈਫ ਪਕੜੀ ਆ, ਆਈ ਕੈਚ ਨਾਈਫ ਵਿਦ ਹਿਮ, ਆਈ ਕੈਚ ਨਾਈਫ ਵਿਦ ਹਿਮ। ਮੈਂ ਉਹਨਾਂ ਨੂੰ ਕਿਹਾ ਸਰ ਡੋਨਟ ਸੇ ਲਾਈਕ ਦਿਸ, ਦਿਸ ਵਨ ਇਜ਼ ਨਾਟ ਨਾਈਫ, ਇਜ਼ ਅਵਰ ਕਿਰਪਾਨ, ਇਜ਼ ਅਵਰ ਰਿਲੀਜੀਅਸ ਵਨ ਪਾਰਟ ਆਫ ਦਾ ਕਕਾਰ। ਜੀ ਜੀ, ਹਾਂਜੀ। ਫਿਰ ਉਸ ਤੋਂ ਤਕਰੀਬਨ 9 ਘੰਟੇ ਉਹਨਾਂ ਨੇ ਮੈਨੂੰ ਜੇਲ੍ਹ 'ਚ ਰੱਖਿਆ ਬਿਨਾਂ ਕਿਸੇ ਕਾਰਨ ਤੋਂ। ਉਹਨਾਂ ਨੇ ਮੈਨੂੰ ਫਿਰ 9 ਘੰਟੇ ਬਾਅਦ ਛੱਡ ਦਿੱਤਾ। ਫਿਰ ਉਸ ਤੋਂ ਬਾਅਦ ਮੈਂ ਗੁਰਦੁਆਰਾ ਸਾਹਿਬ ਦੇ ਦੋਵੇਂ ਕਮੇਟੀਆਂ ਕਿ ਉਹਨਾਂ ਨਾਲ ਵੀ ਕੰਟੈਕਟ ਕੀਤਾ, ਉਹਨਾਂ ਨੂੰ ਵੀ ਦੱਸਿਆ ਅਗਲੇ ਦਿਨ ਹੀ ਸੇਮ ਡੇ ਤੇ ਉਧਰੋਂ ਵੀ ਮੈਨੂੰ ਕੋਈ ਖਾਸ ਰਿਸਪੋਂਸ ਨਹੀਂ ਮਿਲਿਆ ਦੋਵੇਂ ਗੁਰਦੁਆਰਾ ਸਾਹਿਬ ਦੀ ਕਮੇਟੀਆਂ ਤੋਂ। ਫਿਰ ਉਸ ਤੋਂ ਬਾਅਦ ਗ੍ਰੀਸ ਕੰਟਰੀ ਤੋਂ ਮੈਂ ਡਾਕੂਮੈਂਟ ਮੰਗਵਾਏ, ਯੂਕੇ ਦੇ ਕੁਛ, ਮੈਂ ਯੂਟਿਊਬ ਤੋਂ ਨੈਟ ਤੋਂ ਕੁਛ ਸਰਚ ਕਰਕੇ ਉਹ ਸਾਰੇ ਡਾਕੂਮੈਂਟ ਜਮ੍ਹਾਂ ਕਰਵਾ ਦਿੱਤੇ ਸਨ। ਫਿਰ ਉਸ ਤੋਂ ਬਾਅਦ ਪਾਕਿਸਤਾਨ ਐਮਬੈਸੀ ਤੋਂ ਲੈਟਰ ਇੱਕ ਰਿਸੀਵ ਕੀਤਾ, ਮੈਂ ਕਿ ਰਿਲੀਜੀਅਸ ਸਿੰਘ ਉਹ ਵੀ ਚੁੱਕਿਆ ਹੈਗਾ ਇਹਨਾਂ ਨੂੰ। ਫਿਰ ਉਸਦੇ ਬਾਵਜੂਦ ਇਹਨਾਂ ਨੇ ਤਕਰੀਬਨ 9 ਮਹੀਨੇ ਬਾਅਦ ਮੈਨੂੰ ਇੱਕ ਵਾਰੀ ਕੋਰਟ ਦੇ ਵਿੱਚ ਲੈ ਕੇ ਗਏ ਤੇ ਕੋਰਟ ਦੇ ਵਿੱਚ ਜੱਜ ਮੈਨੂੰ ਕਹਿੰਦੇ ਯੂ ਆਰ ਅ ਗਿਲਟੀ ਆਰ ਨਾਟ, ਮੈਂ ਕਿ ਆਈ ਡੋਂਟ ਅਸੈਪਟ ਆਈ ਐਮ ਗਿਲਟੀ। ਠੀਕ ਹੈ, ਇਹਨਾਂ ਕਹਿ ਕੇ ਉਹਨਾਂ ਨੇ ਮੈਨੂੰ 11 ਸਪਤੰਬਰ ਦੀ ਹੁਣ ਡੇਟ ਦਿੱਤੀ ਹੈ, 11 ਸਪਤੰਬਰ 2019 ਨੂੰ। ਠੀਕ ਹੈ,
ਸਾਨੂੰ ਇੱਕ ਤੇ ਸਿੱਖ ਕੌਮ ਨੂੰ ਤਾਲਿਬਾਨ ਸਮਝਦੇ ਹੈਗੇ ਨੇ, ਇੱਕ ਗੱਲ ਵੀਰ ਜੀ, ਤੇ ਦੂਸਰੀ ਗੱਲ ਹੈਗੀ ਆ ਇਹਨਾਂ ਨੂੰ ਜਪਾਨ ਦੇ ਜਾਂ ਸਾਡੇ ਕਕਾਰਾਂ ਦੇ ਨੌਲੇਜ ਦਾ ਨਹੀਂ ਪਤਾ ਹੈਗਾ, ਜਿਹਦੇ ਕਰਕੇ ਸਾਨੂੰ ਬਜਟ ਤੇ ਸਭ ਕੁਛ ਕੰਸੀਡਰ ਕਰ ਰਹੇ ਨੇ, ਤੇ ਇਸ ਦੇ ਵਿੱਚ ਮੈਂ ਜਿਤਨਾ ਵੀ ਕੋਸ਼ਿਸ਼ ਕਰ ਸਕਿਆ ਪੁਲਿਸ ਵਾਲਿਆਂ ਨਾਲ, ਉਹ ਮੈਂ ਆਪਣਾ ਕੋਆਪਰੇਟ ਕੀਤਾ ਹੈਗਾ, ਪਰ ਇਸ ਦੇ ਵਿੱਚ ਸਾਨੂੰ ਹੁਣ ਮੈਨੂੰ ਜਿਹੜੀ ਜ਼ਰੂਰਤ ਹੈਗੀ ਸਾਰਿਆਂ ਤੋਂ ਜ਼ਿਆਦਾ, ਉਹ ਜਿੰਨੀ ਵੀ ਯੂਰਪ ਦੀ ਸੰਗਤ ਹੈਗੀ ਆ, ਇੰਗਲੈਂਡ ਦੀ ਜਾਂ ਦੂਸਰੀ ਕੰਟਰੀਆਂ ਦੀ ਜਾਂ ਦੂਸਰੀ ਕਮੇਟੀਆਂ ਦੀ, ਉਹ ਉਹਨਾਂ ਦਾ ਕੰਟੈਕਟ ਵੀ ਇੱਥੇ ਜ਼ਰੂਰਤ ਹੈਗੀ ਕਿ ਉਹ ਇਸ ਤਰੀਕੇ ਨਾਲ ਸਾਡੀ ਜਿਹੜੀ ਕਿਰਪਾਨ ਹੈਗੀ ਆ ਉਹ ਲਾਗੂ ਕਰਾਉਣ, ਕਿਉਂਕਿ ਜੋ ਮੈਨੂੰ ਪਤਾ ਲੱਗਿਆ ਹੈਗਾ ਸੀ ਕਿ ਇੱਥੇ ਇੱਕ ਦੋ ਵਾਰੀ ਪਹਿਲੇ ਇੱਕ ਦੋ ਗੁਰਸਿੱਖਾਂ ਨਾਲ ਇਸ ਦਾ ਵਾਕਿਆ ਹੋ ਚੁੱਕਿਆ ਹੈਗਾ ਸਾਈਪ੍ਰਸ ਦੇ ਵਿੱਚ, ਤੇ ਉਹ ਵਾਪਸ ਕਿਰਪਾਨ ਲਏ ਬਗੈਰ ਇੰਡੀਆ ਵਾਪਸ ਚਲੇ ਗਏ ਸਨ। ਠੀਕ ਹੈ ਠੀਕ ਹੈ ਠੀਕ ਹੈ। ਤੇ ਜਿਹੜੀ ਹੁਣ ਘਟਨਾ ਤੁਹਾਡੇ ਨਾਲ ਵਾਪਰੀ ਹੈ 3 ਜੁਲਾਈ ਨੂੰ, ਤੁਸੀਂ ਕਹਿੰਦੇ ਹੋ ਕਿ ਫਿਰ ਇਮੀਗ੍ਰੇਸ਼ਨ ਵਾਲਿਆਂ ਨੇ ਜਿਹੜੀ ਤੁਹਾਡੇ ਨਾਲ ਬਦਸਲੂਕੀ ਕੀਤੀ ਹੈ? ਉਹ 2 ਜੁਲਾਈ ਦੀ ਗੱਲ ਹੈਗੀ ਹੈ ਕਿ ਮੈਂ ਲੇਬਰ ਆਫਿਸ ਪਹਿਲੇ ਗਿਆ ਸੀ, ਜੋ ਇਹਨਾਂ ਦਾ ਲੇਬਰ ਆਫਿਸ ਜੋ ਇੱਥੇ ਦੇ ਵਰਕ ਵਾਸਤੇ ਕੰਟਰੈਕਟ ਬਣਾਉਂਦੇ ਨੇ ਜੋ ਲੀਗਲੀ ਹੁੰਦਾ ਹੈਗਾ, ਤੇ ਉਹਨਾਂ ਨੂੰ ਮੈਂ ਕਿਹਾ ਮੇਰੇ ਕੋਲ ਵੀਜ਼ਾ ਹੈਗਾ ਆਲਰੇਡੀ, ਇੱਕ ਮਹੀਨਾ ਪਿਛਲੇ ਸਾਲ ਦੇ ਆਲਰੇਡੀ ਐਕਸਟੈਂਡ ਪਏਗਾ ਮੇਰੇ ਕੋਲ, ਤੇ ਮੈਂ ਅਗਲੇ ਸਾਲ ਦੇ ਵੀ ਰੀਨਿਊ ਕਰਵਾ ਚੁੱਕਿਆ, ਤੇ ਮੇਰੇ ਵਾਸਤੇ ਜਿਹੜਾ ਵਰਕ ਦੇ ਕੰਟਰੈਕਟ ਕਿਉਂ ਨੀ ਬਣ ਰਿਹਾ ਹੈਗਾ, ਮੈਨੂੰ ਵਰਕ ਦੀ ਪਰਮਿਸ਼ਨ ਕਿਉਂ ਨੀ ਮਿਲ ਰਹੀ ਹੈ, ਤੇ ਉਹਨਾਂ ਨੇ ਕਿਹਾ ਕਹਿੰਦੇ ਤੁਸੀਂ ਕੰਮ ਨਹੀਂ ਕਰ ਸਕਦੇ, ਤੁਹਾਡੇ ਵਾਸਤੇ ਇਸ ਚੀਜ਼ ਅਲਾਉ ਨਹੀਂ ਹੈਗੀ ਆ, ਤੇ ਤੁਸੀਂ ਇਸ ਤਰ੍ਹਾਂ ਕਰੋ ਇਮੀਗ੍ਰੇਸ਼ਨ ਆਫਿਸ ਜਾਓ, ਉਹ ਤੁਹਾਨੂੰ ਦੱਸਣਗੇ, ਤੁਸੀਂ ਸਾਡਾ ਨੰਬਰ ਲੈ ਲਓ। ਮੈਂ ਇਮੀਗ੍ਰੇਸ਼ਨ ਆਫਿਸ ਚਲਾ ਗਿਆ, ਪਹਿਲੇ ਦਿਨ ਉਹ ਨਹੀਂ ਮਿਲੇ, ਦੂਸਰੇ ਮੈਨੂੰ ਜਿਹੜੇ ਰਿਸੈਪਸ਼ਨ ਤੇ ਮੈਨੇਜਰ ਖੁਦ ਆਏ, ਮੈਨੇਜਰ ਨੇ ਮੈਨੇਜਰ ਮਿਲੇ ਮੈਨੂੰ, ਮੈਂ ਉਹਨੂੰ ਕਿਹਾ ਦੇਖੋ ਸਰ ਇਹ ਮੇਰੇ ਕੋਲ ਵੈਲਿਡ ਵੀਜ਼ਾ ਵੀ ਹੈਗਾ, ਇਹ ਵੈਲਿਡ ਰਿਸੀਪ ਹੈਗੀ ਆ ਮੇਰੇ ਕੋਲ ਨੈਕਸਟ ਈਅਰ ਦੇ ਵੀਜ਼ਾ ਦੀ, ਤੇ ਮੈਨੂੰ ਕੰਮ ਜਿਹੜਾ ਨਾ ਉਹ ਅਲਾਉ ਕੀਤਾ, ਕਿਉਂ ਨੀ ਅਲਾਉ ਕੀਤਾ ਜਾ ਰਿਹਾ ਹੈਗਾ, ਕਲੇਵਰ ਯੂ ਕਮ ਇਨਸਾਈਡ, ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਗਰੇਬਾਨ ਤੋਂ ਪਕੜਿਆ, ਮੈਨੂੰ ਧੱਕੇ ਦਿੱਤੇ, ਇੱਕ ਦੋ ਮੁੱਕੇ ਮਾਰੇ, ਫਿਰ ਉਸ ਤੋਂ ਬਾਅਦ ਮੇਰੀ ਦਸਤਾਰ ਖੋਲ ਕੇ ਮੈਨੂੰ ਕੇਸਾਂ ਤੋਂ ਪਕੜ ਕੇ ਮੈਨੂੰ ਘੁਮਾ ਘੁਮਾ ਕੇ ਜ਼ਮੀਨ ਦੇ ਉੱਤੇ ਸੁੱਟਿਆ। ਅੱਛਾ, ਕਿਰਪਾਨ ਪਾਈ ਹੋਈ ਸੀ? ਨਹੀਂ 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 ਬਾਬਾ ਜੀ, ਮੇਰੀ ਕਿਰਪਾਨ ਤੇ ਇੱਕ ਸਾਲ ਹੋ ਗਿਆ ਹੋਇਆ, ਉਹ ਪੁਲਿਸ ਸਟੇਸ਼ਨ ਦੇ ਵਿੱਚ ਜਮਾ ਹੋਈ ਪਈ ਆ, ਉਸ ਸੇਮ ਡੇ ਤੋਂ ਹੀ ਉਹਨਾਂ ਨੇ ਰੱਖੀ ਹੋਈ ਆ, 5 ਸਤੰਬਰ ਦੀ, ਅਜੇ ਤੱਕ ਮੈਨੂੰ ਨਹੀਂ ਦਿੱਤੀ ਹੈਗੀ ਆ, ਤੇ ਤੁਹਾਡੇ ਗੁਰਦੁਆਰਾ ਸਾਹਿਬ ਦੀ ਕਮੇਟੀਆਂ ਨੇ ਵੀ ਅੱਜ ਤੱਕ ਇੱਕ ਵਾਰੀ ਪੁਲਿਸ ਨਹੀਂ ਆਇਆ, ਸਟੇਸ਼ਨ ਨਹੀਂ ਆਇਆ ਗਿਆ, ਨਾ ਕਿਸੇ ਨਾਲ ਰਾਬਤੇ ਕੀਤਾ ਗਿਆ, ਮੈਂ ਇੰਡੀਅਨ ਐਂਬੈਸੀ ਵੀ ਗਿਆ, ਇੰਡੀਅਨ ਐਂਬੈਸੀ ਨੇ ਵੀ ਮੈਨੂੰ ਮਨਾ ਕਰ ਦਿੱਤਾ ਸਾਹਿਬ, ਕਹਿੰਦੇ ਅਸੀਂ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੇ ਹੈਗੇ। ਤੁਹਾਡੇ ਉੱਥੇ ਤੁਸੀਂ ਦੱਸ ਰਹੇ ਹੋ ਕਿ 2 ਗੁਰਦੁਆਰਾ ਸਾਹਿਬ ਉੱਥੇ ਹੈਗੇ ਆ, ਕਿਸੇ ਵੀ ਕਮੇਟੀ ਨੇ ਹੁਣ ਤੱਕ ਤੁਹਾਡਾ ਸਾਥ ਨਹੀਂ ਦਿੱਤਾ? ਹਾਂਜੀ ਬਿਲਕੁਲ ਜੀ। ਸੋ ਜੇ ਆਪਾਂ ਗੁਰਦੁਆਰੇ ਸਾਹਿਬਾਂ ਦੀ ਗੱਲ ਕਰੀਏ, ਗੁਰਦੁਆਰੇ ਸਾਹਿਬਾਨ ਉੱਥੇ ਸਥਾਪਿਤ ਨੇ, ਉੱਥੇ ਵੀ ਤਾਂ ਸਿੰਘ ਆਉਂਦੇ ਹੋਣਗੇ, ਸ਼੍ਰੀ ਸਾਹਿਬ ਪਾ ਕੇ ਜਾਂ ਗ੍ਰੰਥੀ ਸਿੰਘ ਜਿਹੜੇ ਹੈਗੇ ਜਾਂ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਨੇ, ਸੋ ਉਹਨਾਂ ਦੇ ਨਾਲ ਵੀ ਇਹ ਵਾਕਿਆ ਕਦੀ ਹੋਇਆ ਪਹਿਲਾਂ, ਜਾਂ ਫਿਰ ਇਹ ਤੁਹਾਡੇ ਨਾਲ ਪਹਿਲਾਂ ਮਸਲਾ ਹੋਇਆ? ਇਹ ਬਾਬਾ ਜੀ ਪਹਿਲੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਿਹਾ ਜਾਂਦਾ ਕਿ ਇੰਡੀਆ ਦੇ ਇੱਕ ਦੋ ਸਿੰਘਾਂ ਨਾਲ ਹੋਇਆ ਸੀ ਏਦਾਂ ਦਾ ਵਾਕਿਆ, ਤੇ ਉਹ ਵਾਪਸ ਚਲੇ ਗਏ ਨੇ ਇੰਡੀਆ, ਤੇ ਉਹਨਾਂ ਦੀ ਕਿਰਪਾਨ ਰੱਖ ਲਈ ਸੀ। ਠੀਕ ਹੈ ਪੁਲਿਸ ਵਾਲਿਆਂ ਨੇ। ਸੋ ਇਹਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਦੀ ਹੁਣ ਗੱਲ ਆ ਗਈ, ਗ੍ਰੰਥੀ ਸਾਹਿਬ ਜਿਹੜੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੈਗੇ ਨੇ, ਉਹ ਗੁਰਦੁਆਰੇ ਸਾਹਿਬ ਕਿਰਪਾਨ ਪਾਈ ਰੱਖਦੇ, ਹੁਣ ਉਹ ਥੱਲੇ ਰੱਖਦੇ ਗਏ, ਤੇ ਉਹਨਾਂ ਨੇ ਮੈਨੂੰ ਇਹ ਕਿਹਾ ਕਹਿੰਦੇ ਗੁਰਦਾਰ ਸਿੰਘ ਜੀ ਜਿਹੜੀ ਤੁਹਾਡੀ ਕਿਰਪਾਨ ਹੈ ਸਾਈਪ੍ਰਸ ਦੇ ਵਿੱਚ ਅਲਾਉ ਨਹੀਂ ਹੈਗੀ, ਇਹ ਇੰਡੀਆ ਤੇ ਪਾਕਿਸਤਾਨ ਜਾਂ ਸਾਡੇ ਦੇਸ਼ ਨਹੀਂ ਹੈਗੇ ਆ, ਇਹ ਸਾਨੂੰ ਅਲਾਉ ਨਹੀਂ ਕਰਦੇ ਹੈਗੇ ਨੇ, ਇਹ ਸਾਨੂੰ ਥੱਲੇ ਰੱਖੇ ਪਾਣੀ। ਮੈਂ ਕਿਹਾ ਬਾਬਾ ਜੀ ਇਹ ਅਸੀਂ ਪਾ ਕੇ ਰੱਖੀ ਹੈਗੀ ਆ, ਉਸ ਤੋਂ ਬਾਅਦ ਉਹਨਾਂ ਨੇ ਵੀ ਕਹਿੰਦੇ ਇਹ ਜਿਹੜੀ ਚੀਜ਼ ਹੈ ਸਾਨੂੰ ਗੁਪਤ ਰੱਖਣੀ, ਤਾਂ ਮੈਂ ਕਿਹਾ ਬਾਬਾ ਜੀ ਦੇਖੋ ਇਹ ਸਾਡੀ ਗੁਰੂ ਸਾਹਿਬ ਦੀ ਦੇਣ ਹੈਗੀ ਆ, ਅਸੀਂ ਇਹਨੂੰ ਕਿਉਂ ਇਸ ਤਰੀਕੇ ਨਾਲ ਗੁਪਤ ਰੱਖੀਏ। ਬਿਲਕੁਲ, ਇਹ ਗੱਲ ਦੂਸਰੀ ਜਗਤਾਰ ਸਿੰਘ ਜੀ, ਇਹ ਗੱਲ ਦੂਸਰੇ ਨੰਬਰ ਤੇ ਆ ਜਾਂਦੀ ਹੈ ਕਿ ਜਦੋਂ ਤੁਹਾਡੀ ਤਲਾਸ਼ੀ ਲੈਂਦੇ ਆ, ਉਹ ਫਿਰ ਸ਼੍ਰੀ ਸਾਹਿਬ ਉਹਨਾਂ ਨੂੰ ਲੱਭਦੀ ਹੈ ਕਿ ਤੁਸੀਂ ਸ਼੍ਰੀ ਸਾਹਿਬ ਜਿਹੜੀ ਇਹ ਧਾਰਨ ਕੀਤੀ ਹੋਈ ਹੈ, ਪਰ ਜੇ ਪਹਿਲੀ ਗੱਲ ਕਰੀਏ, ਪਹਿਲੀ ਵਾਰੀ ਤਾਂ ਉਹਨਾਂ ਨੇ ਤੁਹਾਡਾ ਜਿਹੜਾ ਹੈਗਾ ਸਰੂਪ ਦੇਖ ਕੇ ਤੁਹਾਨੂੰ ਰੋਕ ਲਿਆ, ਤੁਹਾਡੀ ਦਸਤਾਰ ਤੱਕ ਲਾ ਦਿੱਤੀ। ਹਾਂਜੀ ਹਾਂਜੀ, ਇਹਦਾ ਮਤਲਬ ਕਿਤੇ ਨਾ ਕਿਤੇ ਸਾਈਪ੍ਰਸ ਦੀ ਪੁਲਿਸ ਜਿਹੜੀ ਹੈ ਉਹ ਡਿਸਕ੍ਰਿਮੀਨੇਸ਼ਨ ਕਰ ਰਹੀ ਹੈ ਸਿੱਖਾਂ ਦੇ ਨਾਲ, ਇਹ ਵੱਡਾ ਸਵਾਲ ਇੱਥੇ ਪੈਦਾ ਹੋ ਰਿਹਾ। ਇਸ ਦੀ ਇਹ ਗੱਲ ਮੈਂ ਤੁਹਾਨੂੰ ਦੱਸਿਆ ਕਿ ਇਹ ਸਾਨੂੰ ਤਾਲਿਬਾਨ ਸਮਝਦੇ ਹੈਗੇ ਨੇ ਜੀ, ਇਸ ਨੇਸ਼ਨ ਦੇ ਇਸ ਮੁਲਕ ਤਾਲਿਬਾਨ ਸਮਝਦੇ ਹੈਗੇ ਨੇ, ਇਸ ਕਰਕੇ ਪੁਲਿਸ ਵਾਲੇ ਨੇ ਵੀ ਆ ਕੇ ਮਸ਼ਕੂਕ ਹੋਣ ਦੇ ਨਾਤੇ ਮੇਰੇ ਦਸਤਾਰ ਉਹਨਾਂ ਨੇ ਉਤਾਰੀ ਜੀ 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 ਵੱਡੀ ਹੈਗੀ ਪੱਗ ਦੇ ਨਾਲ ਇੱਥੇ ਕੰਮ ਵੀ ਅਲਾਉ ਨਹੀਂ ਕਰਦੇ ਹੈਗੇ ਨੇ ਸਹੀ ਤਰੀਕੇ ਨਾਲ। ਠੀਕ ਹੈ ਠੀਕ, ਫਿਰ ਅਸੀਂ ਦੂਸਰੇ ਤਰੀਕੇ ਨਾਲ ਦੁਮਾਲੇ ਜੇ ਬਣ ਕੇ ਉਸ ਤਰੀਕੇ ਨਾਲ ਅਸੀਂ ਕੰਮ ਕਰਦੇ ਹੈਗੇ।
ਸੋ ਇਸ ਤਰ੍ਹਾਂ ਉੱਥੇ ਮਾਹੌਲ ਦੇ ਵਿੱਚ ਹੈਗਾ ਕਿ ਜਿਹੜੇ ਸਿੱਖੀ ਸਰੂਪ ਦੇ ਵਿੱਚ ਨੇ ਉਹ ਕੰਮਾਂ ਤੇ ਵੀ ਉਹਨਾਂ ਨੂੰ ਮੁਸ਼ਕਲ ਆਉਂਦੀ ਹੈ ਸਾਈਪ੍ਰੈਸ ਦੇ ਵਿੱਚ। ਬਾਬਾ ਜੀ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਇਸ ਚੀਜ਼ ਦੀ। ਸੋ ਇਹਦੇ ਵਿੱਚ ਇੱਕ ਗੱਲ ਬਣਦੀ ਹੈ ਕਿ ਜਿਹੜੀਆਂ ਗੁਰਦੁਆਰਾ ਕਮੇਟੀਆਂ ਨੇ ਉਹ ਉੱਥੇ ਜਿਹੜੇ ਇਹੋ ਜਿਹੇ ਮਹਿਕਮੇ ਹੁੰਦੇ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ, ਇਮੀਗ੍ਰੇਸ਼ਨ ਡਿਪਾਰਟਮੈਂਟ ਜਾਂ ਫਿਰ ਏਅਰਪੋਰਟਾਂ ਦੇ ਉੱਤੇ ਜਾ ਕੇ ਉਹਨਾਂ ਨੂੰ ਦੱਸਣ ਕਿ ਸਾਡਾ ਧਰਮ ਕੀ ਹੈ, ਕਿਵੇਂ ਅਸੀਂ ਘੁੰਮਦੇ ਫਿਰਦੇ ਹਾਂ, ਆਮ ਕਿਵੇਂ ਅਸੀਂ ਵਿਚਰਦੇ ਹਾਂ ਅਤੇ ਸਾਡਾ ਸਰੂਪ ਕੀ ਕਹਿੰਦਾ। ਸੋ ਇਹਦੇ ਵਿੱਚ ਇਹ ਸਾਰੀ ਗੱਲ ਸਾਫ਼ ਹੋ ਗਈ ਹੈ ਕਿ ਪਹਿਲੀ ਵਾਰੀ ਤੁਹਾਡੇ ਨਾਲ ਸਤੰਬਰ ਦੇ ਵਿੱਚ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਦੂਸਰੀ ਵਾਰ ਇਮੀਗ੍ਰੇਸ਼ਨ ਵਿਭਾਗ ਵਾਲੇ ਉਹ ਤੁਹਾਨੂੰ ਤੁਹਾਡੇ ਨਾਲ ਜਿਹੜੀ ਕੁੱਟਮਾਰ ਕਰਦੇ ਨੇ, ਤੁਹਾਡਾ ਟੋਰਚਰ ਕਰਦੇ ਨੇ, ਉਹ ਵੀ ਇੱਕ ਵੱਡੀ ਡਿਸਕ੍ਰਿਮੀਨੇਸ਼ਨ ਹੈ। ਤੁਹਾਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਵਾਪਸ ਆਪਣੀ ਕੰਟਰੀ ਦੇ ਵਿੱਚ ਜਾਓ, ਇੱਥੇ ਕੀ ਕਰਦੇ ਹੋ, ਇਹ ਵੀ ਤੁਹਾਨੂੰ ਕਿਹਾ ਗਿਆ ਮੇਰਾ ਖਿਆਲ? ਹਾਂਜੀ ਇਹ ਬਿਲਕੁਲ ਇੱਥੇ ਇੱਕ ਵਾਰੀ ਨਹੀਂ ਕਿਹਾ ਗਿਆ, ਇਸ ਤਰੀਕੇ ਮੈਨੂੰ ਇੱਕ ਦੋ ਪੁਲਿਸ ਵਾਲਿਆਂ ਨੇ ਵੀ ਕਿਹਾ ਸੀ, ਉਹਨਾਂ ਨੇ ਮੈਨੂੰ ਬਾਰ ਬਾਰ ਕਿਹਾ ਕਹਿੰਦੇ ਪੁਲਿਸ ਸਟੇਸ਼ਨ ਤੋਂ ਦੁਬਾਰਾ ਨਹੀਂ ਆਉਣਾ ਹੈਗਾ, ਮੈਨੂੰ ਇਹ ਵੀ ਕਿਹਾ ਨਾ ਕਿ ਵੀਰ ਜੀ ਉਹਨਾਂ ਨੂੰ ਮੈਂ ਕਿਹਾ ਇਟਸ ਮਾਈ ਰਾਈਟ, ਆਈ ਵਿਲ ਕਮ ਅਗੇਨ ਐਂਡ ਅਗੇਨ, ਨੋਬਡੀ ਕੈਨ ਸਟੋਪ ਇਟ, ਇਟਸ ਮਾਈ ਰਾਈਟ। ਜੀ 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 ਠੀਕ ਹੈ। ਇਸ ਤਰੀਕੇ ਜਦ ਮੈਂ ਉਹਨਾਂ ਨੂੰ ਦੇਖੇ ਤੇ ਫਿਰ ਉਸ ਦਿਨ ਮੈਂ ਕਿਹਾ, ਉਹ ਕਹਿੰਦੇ ਵਾਈ ਯੂ ਆਰ ਕਮ ਇਨ ਸਾਈਪ੍ਰਸ, ਯੋਰ ਕੰਟਰੀ ਇਜ਼ ਸਟਰੋਂਗ, ਯੂ ਗੋ ਦੇਅਰ, ਆਈ ਸੀ ਓਕੇ ਯੋਰ ਪੀਪਲ ਡੋਂਟ ਗੋ ਟੂ ਅਨਦਰ ਕੰਟਰੀ। ਸੋ ਇਹ ਜਵਾਬ ਦੇ ਕੇ ਬਸ ਜੀ ਬਸ ਬੇਟੀ ਉਹ ਵਾਹਿਗੁਰੂ ਦਾ ਵਾਹਿਗੁਰੂ ਵਾਲੇ ਸੀ ਨਾ ਕਿ ਚਲੋ ਕਿ ਬਸ ਉਹ ਸ਼ਹੀਦੇ ਦੇ ਦਿਨ ਸੀ, ਦਸੰਬਰ ਦੇ ਦਿਨ ਹੈਗੇ ਸੀ ਤੇ ਦਸੰਬਰ ਦੇ ਦਿਨ ਦੇ ਵਿੱਚ ਮੈਂ ਚਲਾ ਗਿਆ ਉਹਨਾਂ ਦੇ ਕੋਲ ਜੀ ਤੇ ਇੱਕ ਡੇਢ ਘੰਟੇ ਵਾਹਿਗੁਰੂ ਨੂੰ ਪਤਾ ਹੋਈ ਲੇਕਿਨ ਪੁਲਿਸ ਸਟੇਸ਼ਨ ਦੇ ਬੈਠਾ ਤੇ ਉਹਨਾਂ ਨੇ ਇੱਕ ਲੈਟਰ ਫਿਰ ਮੈਨੂੰ ਸਿਰਫ ਜਾਰੀ ਕੀਤਾ ਉਹਨਾਂ ਨੇ, ਕਹਿੰਦੇ ਤੁਹਾਡੀ ਕਿਰਪਾਨ ਦੇ ਇਸ ਕਿਰਪਾਨ ਦੇ ਨਾਮ ਤੇ ਇੱਕ ਲੈਟਰ ਜਾਰੀ ਕਰੇ, ਜੇ ਤੁਹਾਨੂੰ ਕਿਸੇ ਹੋਰ ਚੀਜ਼ ਦੀ ਵੀ ਇਨਫੋਰਮੇਸ਼ਨ ਦੀ ਜ਼ਰੂਰਤ ਹੋਵੇ ਤਾਂ ਵੀ ਅਸੀਂ ਦੇਵਾਂਗੇ। ਬਸ ਇੰਨੀ ਗੱਲ ਕੀਤੀ, ਹਜੇ ਤੱਕ ਹੋਰ ਕੋਈ ਕੇਸ ਦੇ ਵਿੱਚ ਕਾਰਵਾਈ ਨਹੀਂ ਹੋਈ। ਸੋ ਅਗਲੀ ਤੁਸੀਂ ਦੱਸ ਦਿਓ ਕਿ ਸਤੰਬਰ ਦੇ ਮਹੀਨੇ ਤੁਹਾਡੀ ਜਿਹੜੀ ਅਗਲੀ ਤਰੀਕ ਹੈ ਤੇ ਉਦੋਂ ਡਿਸੀਜਨ ਹੋਣਾ, ਇਹਦੇ ਵਿੱਚ ਕੀ ਤੁਹਾਨੂੰ ਲੱਗਦਾ ਤੁਹਾਡੇ ਕੋਲ ਕੋਈ ਵਕੀਲ ਹੈਗਾ ਉੱਥੇ ਜਿਹੜਾ ਤੁਹਾਡੇ ਵੱਲੋਂ ਪੈਰਵਾਈ ਕਰ ਰਿਹਾ? ਜੀ ਵੀਰ ਜੀ ਉਸ ਦੇ ਵਾਸਤੇ ਹੁਣੀ ਮੈਨੂੰ ਇਹ ਕੋਰਟ ਵੱਲੋਂ ਗਵਰਨਮੈਂਟ ਲਾਇਰ ਜਿਹੜਾ ਅਪਾਇੰਟਮੈਂਟ ਕਰ ਦਿੱਤਾ ਗਿਆ ਹੋਇਆ। ਜੀ 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 ਤੇ ਉਹਨਾਂ ਨੇ ਉਹਨਾਂ ਦੇ ਨਾਲ ਮੇਰੀ ਅੱਜ ਵੀ ਗੱਲ ਹੋਈ ਸੀ, ਜਿਹੜੇ 2 ਜੁਲਾਈ ਦਾ ਰੀਸੈਂਟਲੀ ਦਾ ਵਾਕਿਆ ਹੋਇਆ ਸੀ ਉਸਦਾ ਹੀ ਮੈਂ ਉਹਨਾਂ ਦੱਸ ਚੁੱਕਿਆ ਹੈਗਾ ਅੱਜ, ਤੇ ਉਹ ਸ਼ਾਇਦ ਸੁਬਾ ਮੇਰੇ ਨਾਲ ਉਹ ਵੀ ਕੰਟੈਕਟ ਕਰਨਗੇ ਦੁਬਾਰਾ, ਤੇ ਜਿਹੜਾ ਸਪਤੰਬਰ ਦੀ ਹੋਈ ਉਹਦੀ ਹਜੇ ਮੀਟਿੰਗ ਨਹੀਂ ਹੋਈ, ਉਹਨਾਂ ਦੇ ਨਾਲ ਡਿਸਕਸ਼ਨ ਨਹੀਂ ਹੋਈ, ਉਹ ਵੀ ਹੋਈਗੀ ਉਹਨਾਂ ਦੇ ਨਾਲ ਬਾਅਦ ਵਿੱਚ। ਠੀਕ ਹੈ ਜੀ, ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ? ਕਿਉਂਕਿ ਕੋਰਟ ਦੇ ਵਿੱਚ ਸਾਡੇ ਕੋਲ ਟਾਈਮ ਹਜੇ ਕਾਫੀ ਪਿਆ, 11 ਸਤੰਬਰ ਤੱਕ 2 ਮਹੀਨੇ ਲਗਭਗ ਹੁਣ ਵੀ ਪਏ ਨੇ, ਕਿਉਂਕਿ 3 ਮਹੀਨੇ ਦੀ ਇਹਨਾਂ ਨੇ ਡੈਪ ਚੈੱਕ ਕੀਤੀ ਜੀ, ਮੈਂ ਇਸ ਲਈ ਜ਼ਿਆਦਾ ਤੋਂ ਜ਼ਿਆਦਾ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜਿੰਨੇ ਵੀ ਜਿੱਥੇ ਬੰਦੇ ਹੋ ਸਕਣ ਉਹ ਕਿਸੇ ਤਰੀਕੇ ਨਾਲ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਜਾਂ ਕਿਸੇ ਹੋਰ ਇਹਨਾਂ ਦੀ ਮਿਨਿਸਟਰੀ ਨਾਲ ਕੰਟੈਕਟ ਕਰਨ, ਇਹਨਾਂ ਨੂੰ ਦੱਸਿਆ ਜਾਵੇ ਕਿ ਸਾਡੀ ਸਾਡਾ ਧਰਮ ਅਸੀਂ ਇੱਕ ਨੇਸ਼ਨ ਹੈਗੇ, ਇਕੱਲਾ ਇੱਕ ਬੰਦਾ ਨਹੀਂ ਹੈਗਾ, ਇਸਦੇ ਨਾਲ ਇਸ ਤਰੀਕੇ ਨਾਲ ਹੋਇਆ ਜਾਂ ਇਸ ਤਰੀਕੇ ਨਾਲ ਮੈਂ ਆਪਣੀ ਕਿਰਪਾਨ ਲੈ ਕੇ ਜਾ ਰਿਹਾ ਹੈਗਾ ਇਸ ਕੰਟਰੀ ਦੇ ਵਿੱਚ। ਠੀਕ ਹੈ ਜਗਤਾਰ ਸਿੰਘ ਜੀ, ਤੁਹਾਡਾ ਬਹੁਤ 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 ਤੁਹਾਡਾ ਧੰਨਵਾਦ ਕਰਦੇ ਹਾਂ, ਫਿਰ ਤੋਂ ਤੁਹਾਡੇ ਨਾਲ ਜਿਹੜਾ ਕੰਟੈਕਟ ਅਸੀਂ ਕਰਾਂਗੇ, ਕੋਈ ਨਵੀਂ ਜਿਹੜੀ ਅਪਡੇਟ ਹੋਈ ਜਾਂ ਤੁਹਾਡੇ ਕੋਲ ਕੋਈ ਜਾਣਕਾਰੀ ਹੋਰ ਜੇ ਲੈਣੀ ਹੋਈ ਤਾਂ ਤੁਹਾਡੇ ਨਾਲ ਦੁਬਾਰਾ ਜਿਹੜਾ ਕੰਟੈਕਟ ਅਸੀਂ ਕਰਾਂਗੇ। ਤੁਹਾਡਾ ਵੀ ਧੰਨਵਾਦ, ਤੁਸੀਂ ਇਹਨਾਂ ਸੇਵਾ ਕਰ ਰਹੇ ਹੋ, ਵਾਹਿਗੁਰੂ ਦਾ ਕਿਤੇ ਵੀ ਕਿਰਪਾ ਕਰੇ ਜੀ, ਅਰਦਾਸ ਕਰੋ ਕਿ ਵਾਹਿਗੁਰੂ ਦੇ ਸਾਨੂੰ ਵੀ ਸਫਲ ਕਰੇ, ਤੁਹਾਨੂੰ ਸਾਰਿਆਂ ਨੂੰ ਬਹੁਤ ਧੰਨਵਾਦ, ਅਰਦਾਸ ਕਰਦੇ ਹਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਤੁਸੀਂ ਸੁਣਿਆ ਜੀ ਜਗਤਾਰ ਸਿੰਘ ਕੋਲੋਂ ਉਹਦੀ ਜ਼ੁਬਾਨੀ ਕਿ ਕੀ ਘਟਨਾ ਹੋਈ ਹੈ, ਦਰਦਨਾਕ ਨੇ ਘਟਨਾਵਾਂ, ਇਹ ਬਹੁਤ ਗੰਭੀਰ ਮਸਲੇ ਨੇ। ਸ਼੍ਰੀ ਸਾਹਿਬ ਦੀ ਜੇ ਕਹੀਏ ਕਿ ਪਰਮਿਸ਼ਨ ਬਹੁਤ ਘੱਟ ਕੰਟਰੀਆਂ ਦੇ ਵਿੱਚ ਹੈਗੀ ਹੈ, ਇਹ ਅਸੀਂ ਆਮ ਜਾਣਦੇ ਹਾਂ, ਪਰ ਗੱਲ ਸ਼੍ਰੀ ਸਾਹਿਬ ਦੀ ਬਾਅਦ ਵਿੱਚ ਆਉਂਦੀ ਹੈ, ਪਹਿਲਾਂ ਉਹਦਾ ਸਰੂਪ ਦੇਖ ਕੇ ਅਤੇ ਉਹਦੇ ਨਾਲ ਜਿਹੜੀ ਆ ਕੁੱਟਮਾਰ ਸ਼ੁਰੂ ਹੋ ਜਾਂਦੀ ਹੈ। ਸ਼੍ਰੀ ਸਾਹਿਬ ਤਾਂ ਉਹਦੇ ਕੋਲੋਂ ਬਾਅਦ 'ਚ ਉਹਨਾਂ ਨੂੰ ਪਤਾ ਲੱਗਦਾ ਕਿ ਇਹਦੇ ਕੋਲ ਸ਼੍ਰੀ ਸਾਹਿਬ ਵੀ ਹੈ, ਰਜਿਸਟਰ ਕਰ ਦਿੰਦੇ ਆ ਕੇਸ, ਅਤੇ ਉਸ ਤੋਂ ਬਾਅਦ ਜਿਹੜੀ ਬਦਸਲੂਕੀ ਹੁੰਦੀ ਹੈ ਉਹ ਇਸ ਤਰ੍ਹਾਂ ਨਹੀਂ ਕਿ ਇੱਕ ਆਮ ਮਨੁੱਖ ਦੇ ਨਾਲ ਜਿਵੇਂ ਆਮ ਮਨੁੱਖ ਗੱਲ ਕਰਦਾ, ਇਸ ਤਰ੍ਹਾਂ ਨਹੀਂ, ਇੱਕ ਨਫ਼ਰਤ ਜਿਹੜੀ ਉਹਨਾਂ ਦੇ ਦਿਲਾਂ ਦੇ ਵਿੱਚ ਹੈਗੀ ਹੈ, ਸੋ ਇਹਨੂੰ ਅੱਜ ਕੱਢਣ ਦੀ ਵੀ ਲੋੜ ਹੈ, ਜੇ ਉਹਨਾਂ ਲੋਕਾਂ ਨੂੰ ਨਹੀਂ ਪਤਾ ਕਿ ਸਿੱਖ ਕੌਣ ਨੇ ਤਾਂ ਦੱਸਣ ਦੀ ਲੋੜ ਹੈ। ਅੱਜ ਗੁਜ਼ਾਰਿਸ਼ ਕਰਦੇ ਹਾਂ ਇਸ ਪ੍ਰੋਗਰਾਮ ਦੇ ਜ਼ਰੀਏ ਯੂਕੇ ਦੀਆਂ ਸਾਰੀਆਂ ਜਥੇਬੰਦੀਆਂ ਨੂੰ, ਯੂਕੇ ਦੇ ਵਿੱਚ ਬਹੁਤ ਸਾਰਾ ਸਿੱਖਾਂ ਦਾ ਵੱਡਾ ਹੋਲਡ ਵੀ ਹੈਗਾ, ਅਤੇ ਅਮੈਰੀਕਾ ਕੈਨੇਡਾ ਦੇ ਵਿੱਚ ਜਾਂ ਹੋਰ ਕੰਟਰੀਆਂ ਦੇ ਵਿੱਚ ਜਿੱਥੋਂ ਜਿੱਥੋਂ ਵੀ ਹੈ, ਅੱਜ ਇੱਕ ਬੇਨਤੀ ਕਰਦੇ ਹਾਂ ਕਿ ਜਗਤਾਰ ਸਿੰਘ ਲਈ ਇੱਕ ਚੰਗਾ ਵਕੀਲ ਸਭ ਤੋਂ ਪਹਿਲਾਂ ਲੱਭਣਾ, ਉਸ ਤੋਂ ਬਾਅਦ ਸਾਈਪ੍ਰੈਸ ਦੀ ਜਿਹੜੀ ਗਵਰਨਮੈਂਟ ਹੈਗੀ ਹੈ ਉਹਨੂੰ ਸਿੱਖੀ ਬਾਰੇ ਦੱਸਣਾ ਕਿ ਸਿੱਖੀ ਕੀ ਹੈ, ਇਹ ਸਾਰੀਆਂ ਗੱਲਾਂ ਦੀ ਅੱਜ ਸਾਡੇ ਵਾਸਤੇ ਜ਼ਿੰਮੇਵਾਰੀ ਬਣਦੀ ਹੈ। ਮੈਂ ਚਾਹੁੰਦਾ ਕਿ ਐਸੇ ਵਫਦ ਜਿਹੜੇ ਹੈਗੇ ਆ ਸਾਈਪ੍ਰੈਸ ਦੀ ਧਰਤੀ 'ਤੇ ਜਾਣ, ਜਿੱਥੇ ਉੱਥੇ ਦੇ ਜਿਹੜੇ ਸਿੱਖ ਜਿਹੜੇ ਹੈਗੇ ਆ ਉਹਨਾਂ ਦੀ ਮਦਦ ਕੀਤੀ ਜਾਵੇ, ਜਿਹੜੀਆਂ ਵੀ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ, ਜਿਵੇਂ ਜਗਤਾਰ ਨੇ ਦੱਸਿਆ ਕਿ ਉਹਨੂੰ ਕੰਮ ਦੀ ਪਰਮਿਸ਼ਨ ਨਹੀਂ ਹੈਗੀ, ਅਤੇ ਜਿੱਥੇ ਉਹ ਕੰਮ ਵਾਸਤੇ ਵੀ ਜਾਂਦੇ ਨੇ ਅਤੇ ਉਹ ਉਹਨਾਂ ਨੂੰ ਕੰਮ 'ਤੇ ਨਹੀਂ ਰੱਖਦੇ,
ਕਹਿੰਦੇ ਵੀ ਤੁਸੀਂ ਸਿੱਖੀ ਸਰੂਪ ਦੇ ਵਿੱਚ ਹੋ, ਤੁਹਾਨੂੰ ਕੰਮ ਜਿਹੜਾ ਨਹੀਂ ਮਿਲ ਸਕਦਾ। ਸੋ ਵੱਡੀ ਪ੍ਰੋਬਲਮ ਇੱਕ ਸਾਈਪ੍ਰੈਸ ਦੇ ਵਿੱਚ ਅੱਜ ਜਗਤਾਰ ਸਿੰਘ ਦੇ ਨਾਲ ਆਈ ਹੈ, ਅਤੇ ਬੇਨਤੀ ਕਰਦਾ ਦੁਬਾਰਾ ਅਖੀਰ ਦੇ ਵਿੱਚ ਕਿ ਸਾਰੇ ਗੁਰਦੁਆਰਾ ਕਮੇਟੀਆਂ ਨੂੰ, ਜਥੇਬੰਦੀਆਂ ਨੂੰ ਕਿ ਜਗਤਾਰ ਸਿੰਘ ਦਾ ਜਿਹੜਾ ਸਾਥ ਦਿੱਤਾ ਜਾਵੇ, ਇੱਕ ਵਧੀਆ ਵਕੀਲ ਲਾਇਰ ਕਰਕੇ ਉਹਨੂੰ ਦਿੱਤਾ ਜਾਵੇ। ਹੋਰ ਅਪਡੇਟ ਦੇ ਲਈ ਦੇਖਦੇ ਰਹੋ ਅਕਾਲ ਚੈਨਲ, ਮਿਲਦੇ ਹਾਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।